ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ 2022 ਦੇ ਵਿੱਚ ਇੱਕ ਅਚਈ ਪਾਕਿਸਤਾਨੀ ਪੰਜਾਬੀ ਫਿਲਮ ਰਿਲੀਜ਼ ਹੋਈ ਸੀ ਜਿਸ ਨੇ ਕਮਾਈ ਦੇ ਸਾਰੇ ਰਿਕਾਰਡ ਖਤਮ ਕਰ ਦਿੱਤੇ ਸਨ ਪੂਰੇ ਭਾਰਤ ਦੇ ਵਿੱਚ ਪੂਰੇ ਪਾਕਿਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਨੇ ਇਸ ਫਿਲਮ ਦਾ ਲੁਤਫ ਉਠਾਇਆ ਸੀ ਭਾਰਤ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਨਹੀਂ ਸੀ ਕੀਤਾ ਗਿਆ ਕਿਉਂਕਿ ਉਦੋਂ ਇੰਡੀਆ ਪਾਕਿਸਤਾਨ ਦਾ ਜਿਹੜਾ ਕਨਫਲਿਕਟ ਸੀਗਾ ਉਹ ਹਜੇ ਵੀ ਕਾਇਮ ਹੈ। ਕਿ ਨਾ ਹੀ ਪਾਕਿਸਤਾਨ ਦੀਆਂ ਫਿਲਮਾਂ ਭਾਰਤ ਦੇ ਵਿੱਚ ਰਿਲੀਜ਼ ਹੋਣਗੀਆਂ ਨਾ ਹੀ ਪਾਕਿਸਤਾਨੀ ਕਲਾਕਾਰ ਭਾਰਤ ਦੇ ਵਿੱਚ ਕੰਮ ਕਰਨਗੇ। ਪਰ ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਅਸੀਂ ਦੇਖਦੇ ਰਹਿੰਦੇ ਹਾਂ ਕਿ ਪਾਕਿਸਤਾਨ ਦੇ ਆਰਟਿਸਟ ਕੰਮ ਵੀ ਕਰਦੇ ਨੇ ਤੇ ਭਾਰਤ ਦੇ ਪਾਕਿਸਤਾਨ ਦੀਆਂ ਜਿਹੜੀਆਂ ਫਿਲਮਾਂ ਨੇ ਉਹ ਰਿਲੀਜ਼ ਵੀ ਹੁੰਦੀਆਂ ਨੇ ਪਾਕਿਸਤਾਨ ਦੇ ਵਿੱਚ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਇਸ ਫਿਲਮ ਨੂੰ ਹੋਲਡ ਕਰਕੇ ਰੱਖਿਆ ਹੋਇਆ ਸੀ ਨਾ ਹੀ ਇਸ ਨੂੰ ਕਿਸੇ OTT ਨੂੰ ਵੇਚਿਆ ਗਿਆ ਤੇ ਨਾ ਹੀ ਇਸ ਫਿਲਮ ਨੂੰ ਕਿਸੇ TV ਚੈਨਲ ਨੂੰ ਵੇਚਿਆ ਗਿਆ ਕਿਉਂਕਿ ਜਿਹੜੇ ਪਾਕਿਸਤਾਨ ਦੇ ਮੇਕਰ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਛੋਟੀ ਜੀ ਉਮੀਦ ਇਹ ਸੀ ਕਿ ਇਸ ਫਿਲਮ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਵੀ ਜ਼ਰੂਰ ਰਿਲੀਜ਼ ਕੀਤਾ ਜਾਵੇ ਇਸ ਫਿਲਮ ਦੇ ਵਿੱਚ ਸਾਨੂੰ ਲੀਡ ਰੋਲ 'ਚ ਨਜ਼ਰ ਆਏ ਸਨ ਫਵਾਦ ਖਾਨ, ਹਮਜ਼ਾ ਅਲੀ ਅਬਾਸੀ ਮਾਇਰਾ ਖਾਨ ਤੇ ਇਸ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਸੀ ਬਿਲਾਲ ਲਸ਼ਾਰੀ ਸਾਹਿਬ ਨੇ ਇਸ ਫਿਲਮ ਦੀਆਂ ਬਹੁਤ ਤਾਰੀਫਾਂ ਹੋਈਆਂ ਜਿੱਥੇ-ਜਿੱਥੇ ਵੀ ਇਸ ਨੂੰ ਰਿਲੀਜ਼ ਕੀਤਾ ਗਿਆ ਇਸ ਫਿਲਮ ਨੇ ਕਮਾਈ ਦੇ ਰਿਕਾਰਡ ਖਤਮ ਜ਼ਰੂਰ ਕੀਤੇ ਨੇ 320 ਕਰੋੜ ਰੁਪਏ ਦੀ ਇਸ ਨੇ ਕਮਾਈ ਕੀਤੀ ਸੀ ਆਲ ਓਵਰ ਵਰਲਡ ਦੇ ਵਿੱਚ ਜਦ ਕਿ ਇਹ ਫਿਲਮ ਹਜੇ ਭਾਰਤ ਦੇ ਵਿੱਚ ਰਿਲੀਜ਼ ਨਹੀਂ ਸੀ ਹੋਈ ਜੇਕਰ ਭਾਰਤ ਦੇ ਵਿੱਚ ਵੀ ਇਹ ਫਿਲਮ ਰਿਲੀਜ਼ ਹੋ ਜਾਂਦੀ ਤਾਂ ਮੇਰੇ ਖਿਆਲ ਨਾਲ 100 ਤੋਂ 150 ਕਰੋੜ ਰੁਪਇਆ ਇਸ ਫਿਲਮ ਨੇ ਜ਼ਰੂਰ ਕਮਾ ਲੈਣਾ ਸੀ ਪਰ ਦੇਰ ਆਏ ਦਰਸਤ ਆਏ ਹੁਣ 2 ਅਕਤੂਬਰ ਨੂੰ ਇਹ ਫਿਲਮ ਭਾਰਤ ਦੇ ਵਿੱਚ ਵੀ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬੀ ਦੇ ਵਿੱਚ ਵੀ ਤੇ ਹਿੰਦੀ ਦੇ ਵਿੱਚ ਵੀ ਜਿਹੜਾ ਨਾਰਥ ਜ਼ੋਨ ਹੈ ਪੰਜਾਬ ਹਰਿਆਣਾ ਦਿੱਲੀ ਇੱਥੇ ਇਸ ਫਿਲਮ ਨੂੰ ਪੰਜਾਬੀ ਦੇ ਵਿੱਚ ਦਿਖਾਇਆ ਜਾਵੇਗਾ ਜਦਕਿ ਦੂਸਰੀ ਸਟੇਟਸ ਦੇ ਵਿੱਚ ਇਸ ਫਿਲਮ ਨੂੰ ਹਿੰਦੀ ਦੇ ਵਿੱਚ ਦਿਖਾਇਆ ਜਾਵੇਗਾ ਜੇਕਰ ਮਾਮਲੇ ਸਾਰੇ ਠੀਕ ਰਹਿੰਦੇ ਨੇ ਇਸ ਫਿਲਮ ਦਾ ਵਿਰੋਧ ਨਹੀਂ ਹੁੰਦਾ ਹੈ ਤਾਂ ਉਮੀਦ ਕਰ ਸਕਦੇ ਹਾਂ ਕਿ ਇਹ ਫਿਲਮ ਹਜੇ ਵੀ 100 ਕਰੋੜ ਰੁਪਿਆ ਕਮਾਉਣ ਦੀ ਅਹਿਮੀਅਤ ਰੱਖਦੀ ਹੈ ਕਿਉਂਕਿ ਇਹ ਫਿਲਮ ਕਿਸੇ ਵੀ ਪਾਸਿਓਂ ਕੋਈ ਵੀ ਕਮਜ਼ੋਰ ਨਹੀਂ ਸੀ ਡਾਇਰੈਕਸ਼ਨ 1 ਨੰਬਰ ਸੀ ਸਿਨੈਮੈਟੋਗ੍ਰਾਫੀ 1 ਨੰਬਰ ਸੀ ਐਕਸ਼ਨ 1 ਨੰਬਰ ਸੀ ਤੇ ਐਕਟਿੰਗ ਇਸ ਦੀ 1 ਨੰਬਰ ਸੀ ਮੈਂ ਵੀ ਸਿਰਫ ਇੱਕ ਸਿਨੇਮਾ థియేਟਰ ਪ੍ਰਿੰਟ ਹੀ ਦੇਖਿਆ ਸੀ ਜੋ ਕਿ ਬਹੁਤ ਹੀ ਕੱਟਿਆ ਵਧੀਆ ਹੋਇਆ ਸੀ ਨਾ ਉਹਦੇ ਵਿੱਚ ਸਾਊਂਡ ਕਲੀਅਰ ਸੀ ਨਾ ਹੀ ਉਹਦੇ ਵਿੱਚ ਪਿਕਚਰ ਕਲੀਅਰ ਸੀ ਪਰ ਮੈਂ ਉਸ ਪ੍ਰਿੰਟ ਨੂੰ ਵੀ ਇੰਜੋਏ ਕੀਤਾ ਸੀ ਕਿਉਂਕਿ ਸਾਰਾ ਕੁਝ ਵਧੀਆ ਢੰਗ ਦੇ ਨਾਲ ਦਿਖਾਇਆ ਗਿਆ ਸੀ ਸੋ ਮੈਨੂੰ ਵੀ ਕਿਤੇ ਨਾ ਕਿਤੇ ਉਮੀਦ ਸੀ ਇੱਕ ਵੇਟ ਸੀ ਕਿ ਇਹ ਫਿਲਮ ਕਿਸੇ ਵੀ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਰਿਲੀਜ਼ ਕਰ ਦਿੱਤੀ ਜਾਵੇ ਤੇ ਅਸੀਂ ਵੀ ਇਸ ਫਿਲਮਾਂ ਨੂੰ ਦੇਖ ਸਕੀਏ ਸੋ ਹੁਣ ਸਾਰੇ ਸਾਡੇ ਜਿੰਨੇ ਵੀ ਐਕਸ਼ਨ ਫਿਲਮਾਂ ਦੇ ਸ਼ੌਕੀਨ ਨੇ ਉਨ੍ਹਾਂ ਦੀ ਇਹ ਉਡੀਕ ਖਤਮ ਹੋਣ ਜਾ ਰਹੀ ਹੈ 2 ਅਕਤੂਬਰ ਨੂੰ ਇਹ ਫਿਲਮ ਭਾਰਤ ਦੇ ਵਿੱਚ ਵੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਇਸ ਫਿਲਮ ਨੂੰ ਭਾਰਤ ਦੇ ਵਿੱਚ ਡਿਸਟ੍ਰਿਬਿਊਟ ਕਰਨਗੇ ਜੀ ਸਟੂਡੀਓ ਜੀ ਸਟੂਡੀਓ ਇੱਕ ਬਹੁਤ ਵੱਡਾ ਬੈਨਰ ਹੈ ਬਹੁਤ ਵੱਡੀ ਕੰਪਨੀ ਹੈ ਤਾਂ ਉਹ ਇਸ ਫਿਲਮ ਦੀ ਪੂਰੀ ਕੋਸ਼ਿਸ਼ ਕਰਨਗੇ ਕਿ ਇਸ ਨੂੰ ਵੱਡੇ ਸਕੇਲ ਤੇ ਰਿਲੀਜ਼ ਕੀਤਾ ਜਾਵੇ ਬਾਕੀ ਦੀਆਂ ਫਿਲਮਾਂ ਵਾਂਗ ਜਾ ਕੇ ਤੇ ਇੱਕ ਦੋ ਸਕਰੀਨਸ ਦੇ ਉੱਪਰ ਨਾ ਰਿਲੀਜ਼ ਕੀਤਾ ਜਾਵੇ ਇਸ ਤਰ੍ਹਾਂ ਨਹੀਂ ਹੋਵੇਗਾ ਇੱਕ ਵੱਡੀ ਰਿਲੀਜ਼ ਮਿਲੇਗੀ ਤੇ ਉਸ ਦਾ ਫਾਇਦਾ ਪਾਕਿਸਤਾਨ ਦੇ ਮੇਕਰਸ ਨੂੰ ਵੀ ਹੋਏਗਾ ਤੇ ਜੀ ਸਟੂਡੀਓ ਨੂੰ ਵੀ ਹੋਏਗਾ ਕਿਉਂਕਿ ਇਸ ਫਿਲਮ ਦੀ ਹਾਈਪ ਉਸ ਸਮੇਂ ਤਾਂ ਬਹੁਤ ਜ਼ਿਆਦਾ ਸੀ ਪਰ ਇਸ ਸਮੇ ਉਡੀਕ ਹੈ ਸੋ ਕਿਤੇ ਨਾ ਕਿਤੇ ਇਹ ਸਾਰਿਆਂ ਨੂੰ ਫਾਇਦਾ ਜ਼ਰੂਰ ਹੋਣ ਵਾਲਾ ਹੈ ਜੇਕਰ ਤੁਸੀਂ ਮੋਲਾ ਜੱਟ ਦੇਖੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਜੇਕਰ ਨਹੀਂ ਦੇਖੀ ਹੈ ਤਾਂ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਨੂੰ ਥੀਏਟਰ ਦੇ ਵਿੱਚ ਦੇਖਣਾ ਚਾਹੁੰਦੇ ਹੋ ਕਿ ਨਹੀਂ ਤਾਂ ਬਾਦ ਸਤਿ ਸ੍ਰੀ ਅਕਾਲ ਜੀ